सियासत व्यापार खेडां ते फिल्म जगत दे नाल देश दुनिया की हर वड्डी खबर दे लई हुणे डाउनलोड करो देश की नंबर वन न्यूज़ ऐप दैनिक सवेरा टाइम्स। केंद्र सरकार वालों लियांदे गए खेती बिलां नूं लै के आम आदमी पार्टी का की स्टैंड है, इसी बारे गल करन लई साडे नाल लगे हरपाल सिंह चीमा। चीमा जी, की स्टैंड है जी आम आदमी पार्टी का, जिहड़ा अकाली दल कह रही है कि असी उन्हां दे नाल खड़े हाँ, तो केंद्र सरकार वालों क्या जिहड़ा MSP का जिहड़ा रौला पाया जा रहा है कि MSP बंद की जा रही है, जबकि इस तरह तो कुछ नहीं है, कांग्रेस गुमराह कर रही है आम BJP का कहना, तुहाडा की स्टैंड? देखो, आम आदमी पार्टी इन्हां ऑर्डीनेंसां दे सख्त खिलाफ आ। कि अकाली दल जिहड़ा हैगा मगरमच्छ दे हंझू बहा रहा है, अकाली दल क्योंकि अपनी एक कुर्सी बचाउण दे लई, एक मिनिस्ट्री बचाउण दे लई इस तरह दी जिहड़ी गल्लां कर रहा है, जबकि तिन्ने ऑर्डीनेंस जिहड़े हैगे ने गे ये किसान विरोधी ने गे, ये किसानां दे खिलाफ ने। गल MSP दी हैगी, MSP 22 होर फसलां ते भी आ, ਉਹ ਫਸਲਾਂ ਕਿਤੇ MSP 'ਤੇ ਵਿਕਦੀਆਂ ਨੇਗੀਆਂ, ਸਿਰਫ 2 ਫਸਲਾਂ MSP 'ਤੇ ਵਿਕਦੀਆਂ ਨੇਗੀਆਂ, ਲੇਕਿਨ ਇਹ 2 ਫਸਲਾਂ 'ਤੇ MSP ਉਹ ਵੀ ਖਤਮ ਕੀਤੀ ਜਾ ਰਹੀ ਹੈ। ਜਿਹੜੀ ਨੀਤੀ ਆਯੋਗ ਦੀਆਂ ਜਿਹੜੀਆਂ ਇੰਸਟਰਕਸ਼ਨਾਂ ਨੇਗੀਆਂ ਉਹ ਸਾਰੀਆਂ ਦਰਸਾਉਂਦੀਆਂ ਨੇ, ਉਹਦੀ ਇੰਟੈਂਸ਼ਨ ਇਹ ਦਰਸਾਉਂਦੀਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੌਲੀ ਹੌਲੀ ਕਾਰਪੋਰੇਟ ਘਰਾਣਾ ਜਦੋਂ ਵੱਡੇ ਅਡਾਨੀ ਅਵਾਨੀਆਂ ਨੇ ਜਿਹੜੇ ਕਰੋੜਪਤੀ ਅਰਬਪਤੀ ਨੇ ਜਦੋਂ ਮਾਰਕੀਟ 'ਚ ਆ ਗਏ, ਜਿਹਨਾਂ ਨੇ ਮਾਰਕੀਟ ਕੈਪਚਰ ਕਰ ਲਈ, ਉਸ ਸਮੇਂ ਜਿਹੜਾ ਕਿਸਾਨ ਆ ਉਹਨੂੰ ਜਿਹੜਾ ਹੈਗਾ ਆਪਦੇ ਰਹਿਮੋ ਕਰਮ 'ਤੇ ਜੀਣ ਲਈ ਮਜਬੂਰ ਕਰਨਗੇ ਉਹ ਲੋਕ, ਤਾਂ ਇਸ ਗੱਲ ਕਰਕੇ ਆਮ ਆਦਮੀ ਪਾਰਟੀ ਨਾਲ ਜਿਹੜਾ ਆਰਡੀਨੈਂਸ ਸਖਤ ਵਿਰੋਧ ਕਰਦੀ ਆ। ਕਿ ਅੱਗੇ ਵੀ ਵਿਰੋਧ ਪ੍ਰਦਰਸ਼ਨ ਕਰੇਗੀ ਆਮ ਆਦਮੀ ਪਾਰਟੀ? ਦੇਖੋ, ਆਮ ਆਦਮੀ ਪਾਰਟੀ ਨੇ ਸਭ ਤੋਂ ਪਹਿਲਾਂ ਜਿਹੜਾ ਹੈਗਾ ਅਸੀਂ ਡਿਪਟੀ ਕਮਿਸ਼ਨਰ ਦੇ ਰਾਹੀਂ, DC ਦੇ ਅਫਸਰ ਦੇ ਰਾਹੀਂ ਜਿਹੜਾ ਹੈਗਾ ਆਪਣੇ ਮੰਗ ਪੱਤਰ ਰਾਸ਼ਟਰਪਤੀ ਸਾਹਿਬ ਨੂੰ ਭੇਜੇ ਨੇ ਕਿ ਆਰਡੀਨੈਂਸ ਰੱਦ ਕੀਤੇ ਜਾਣ ਤੁਰੰਤ, ਔਰ ਉਸ ਤੋਂ ਬਿਨਾਂ ਅੱਜ ਆਮ ਆਦਮੀ ਪਾਰਟੀ ਨੇ ਜਿਹੜਾ ਹੈਗਾ ਹਰੇਕ ਹਲਕਾ ਲੈਵਲ 'ਤੇ ਹਰੇਕ ਵਿਧਾਨ ਸਭਾ ਦੇ ਵਿੱਚ ਮੋਦੀ ਸਾਹਿਬ ਦੇ, ਸੁਖਬੀਰ ਸਿੰਘ ਬਾਦਲ ਦੇ ਪੁਤਲੇ ਸਾੜੇ ਨੇ, ਜਿਹੜੇ ਕਿ ਕਿਸਾਨ ਵਿਰੋਧੀ ਨੀਤੀਆਂ ਲੈ ਕੇ ਆ ਰਹੇ ਨੇ, ਉਹਨਾਂ ਦਾ ਅਸੀਂ ਲੋਕਾਂ 'ਚ ਨੰਗਾ ਕੀਤਾ ਗਾ, ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹਰੇਕ ਘਰ ਦੇ ਵਿੱਚ, ਹਰੇਕ ਕਿਸਾਨ ਦੇ ਘਰ 'ਤੇ, ਹਰੇਕ ਆੜ੍ਹਤੀਏ ਦੇ ਘਰ 'ਤੇ, ਹਰੇਕ ਮਜ਼ਦੂਰ ਦੇ ਘਰ 'ਤੇ, ਹਰੇਕ ਦਲਿਤ ਵਿਅਕਤੀ ਦੇ ਘਰ 'ਤੇ ਜਾਵਾਂਗੇ। ਔਰ ਜਿਹੜੇ ਇਹ ਆਰਡੀਨੈਂਸ ਜਾਰੀ ਹੋਏ ਨੇ ਕਿ ਜਿਹੜੇ ਇਹਨਾਂ ਦੇ ਲੋਕ ਬਾਰੂ ਨੀਤੀਆਂ ਕੀ ਨੇ, ਇਹਨਾਂ ਆਰਡੀਨੈਂਸਾਂ ਦੇ ਕੀ ਪ੍ਰਭਾਵ ਪੈਣੇ ਨੇ, ਕਿ ਉਹ ਸਾਰੇ ਜਾਗਰੂਕ ਕਰਕੇ ਲੋਕਾਂ 'ਚ ਲਾਮਬੰਦੀ ਖੜੀ ਕਰਕੇ ਇੱਕ ਵੱਡਾ ਜਨ ਅੰਦੋਲਨ ਛੇੜਾਂਗੇ। ਅਕਾਲੀ ਦਲ ਬਾਲ ਬਾਲ ਐਰੀਗੇਸ਼ਨ ਤੁਹਾਡੇ 'ਤੇ ਲਗਾਉਂਦਾ ਹੈ ਕਿ ਆਮ ਆਦਮੀ ਪਾਰਟੀ ਕਾਂਗਰਸ ਦੀ ਬੀ ਟੀਮ ਹੈ, ਕੀ ਕਹਿਣਾ ਚਾਹੋਗੇ? ਦੇਖੋ, ਅਕਾਲੀ ਦਲ ਜੋ ਕੁਛ ਮਰਜ਼ੀ ਕਹੀ ਜਾਵੇ, ਪੰਜਾਬ ਦੇ ਬੱਚੇ ਨੂੰ ਪਤਾ ਗਾ ਕਿ ਪੰਜਾਬ ਨੂੰ ਬਰਬਾਦ ਕਰਨ ਵਾਲਾ ਅਕਾਲੀ ਦਲ ਆ, ਪੰਜਾਬ ਦੇ ਚਾਹੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਆ, ਉਹਦਾ ਦੋਸ਼ ਬੇਅਦਬੀ ਕਰਨ ਦਾ ਦੋਸ਼ ਵੀ ਅਕਾਲੀ ਦਲ 'ਤੇ ਲੱਗਦਾ ਗਾ, ਪੰਜਾਬ ਦੇ ਕਿਸਾਨਾਂ 'ਤੇ ਜੇ ਅੱਜ 1,00,000 ਕਰੋੜ ਦਾ ਕਰਜ਼ਾ ਚੜਿਆ ਤਾਂ ਮੈਂ ਸਮਝਦਾ ਉਹ ਵੀ ਅਕਾਲੀ ਦਲ ਕਰਕੇ ਚੜਿਆ, ਉਹ ਵੀ BJP ਕਰਕੇ ਚੜਿਆ, ਉਹ ਵੀ ਕਾਂਗਰਸ ਪਾਰਟੀ ਕਰਕੇ ਚੜਿਆ। ਜੇ ਅੱਜ ਪੰਜਾਬ 'ਤੇ 2,50,000 ਕਰੋੜ ਦਾ ਕਰਜ਼ਾ ਗਾ ਤਾਂ ਉਹ ਵੀ ਮੈਂ ਸਮਝਦਾ ਅਕਾਲੀ ਦਲ, BJP ਔਰ ਕਾਂਗਰਸ ਦੀ ਦੇਣ ਆ। ਸੋ ਅਸੀਂ ਪੰਜਾਬ ਦੇ ਵਿੱਚ ਜਿਹੜਾ ਮਾਫੀਆ ਰਾਜ ਚੱਲ ਰਿਹਾ ਹੈਗਾ, ਚਾਹੇ ਉਹ ਲੈਂਡ ਮਾਫੀਆ, ਚਾਹੇ ਉਹ ਸੈਂਡ ਮਾਫੀਆ, ਚਾਹੇ ਉਹ ਸ਼ਰਾਬ ਮਾਫੀਆ ਹੈਗਾ, ਚਾਹੇ ਡਰੱਗ ਮਾਫੀਆ, ਜਿਹੜਾ ਉਹ ਮਾਫੀਆ ਦੇ ਖਿਲਾਫ ਲੜ ਰਹੇ ਲੋਕ ਨੇ, ਉਹਨਾਂ ਲੋਕਾਂ ਦਾ ਸਾਥ ਦੇਣ ਵਾਲੀ ਅਸੀਂ ਇਹ ਟੀਮ ਆ, ਉਸ ਪੰਜਾਬ ਦੇ ਵਿੱਚ ਅਸੀਂ ਲੋਕਾਂ ਦੀ ਇਹ ਟੀਮ ਆ, ਪਰ ਲੇਕਿਨ ਇਹ ਜਿਹੜੇ ਲੁਟੇਰੇ ਨੇਗੇ ਇਹਨਾਂ ਦੇ ਖਿਲਾਫ ਸਾਡਾ ਸੰਘਰਸ਼ ਜਾਰੀ ਹੈ, ਸੋ ਅਸੀਂ ਲੋਕਾਂ ਦੀ ਇਹ ਟੀਮ ਆ। ਜਿਵੇਂ ਸਾਹਿਬ, ਅੱਜ ਮੁੱਖ ਮੰਤਰੀ ਸਾਹਿਬ ਵੱਲੋਂ ਇੱਕ ਫਿਰ ਕਿਹਾ ਗਿਆ ਹੈ ਜਿਹੜੇ ਨੌਜਵਾਨਾਂ ਨੂੰ ਜਿਹੜੇ ਮੋਬਾਈਲ ਫੋਨ ਦੇਣੇ ਸੀਗੇ ਕਿ ਉਹ ਮੋਬਾਈਲ ਫੋਨ ਉਹਨਾਂ ਕੋਲ ਪਹੁੰਚ ਗਏ ਨੇ, ਤਕਰੀਬਨ 50,000 ਮੋਬਾਈਲ ਫੋਨ ਲਾਵਾ ਕੰਪਨੀ ਦੇ ਦਿੱਤੇ, ਲੇਕਿਨ ਉਹ ਇਹ ਚੈੱਕ ਕਰ ਰਹੇ ਕਿ ਉਹਦਾ ਚਾਈਨੀਜ਼ ਕੰਟੈਕਟ ਕਿੰਨਾ ਹੈ। ਕੀ ਤੁਹਾਨੂੰ ਲੱਗਦਾ ਹੈ ਕਿ ਇਹ ਸਿਰਫ ਜਾਣਬੁੱਝ ਕੇ ਫਿਰ ਜਿਹੜਾ ਸਮਾਂ ਲੰਘਾਉਣ ਲਈ ਉਹਨਾਂ ਵੱਲੋਂ ਕਿਹਾ ਗਿਆ? ਦੇਖੋ ਕੈਪਟਨ ਸਾਹਿਬ, ਮੈਂ ਸਮਝਦਾ ਸਾਡੇ ਨੌਜਵਾਨਾਂ ਨੂੰ ਕੋਝਾ ਮਜ਼ਾਕ ਕਰ ਰਹੇ ਨੇਗੇ। ਸੋ ਪਹਿਲਾਂ ਕਿਹਾ ਸੀ ਕਿ ਕਰੋਨਾ ਮਹਾਂਮਾਰੀ ਆ ਗਈ ਸੀ, ਜਿਹੜਾ ਮੋਬਾਈਲ ਲੈ ਨਹੀਂ ਸਕਦੇ। ਜਦੋਂ ਵਿਧਾਨ ਸਭਾ ਸੈਸ਼ਨ ਚੱਲ ਰਿਹਾ ਸੀਗਾ, ਵਿਧਾਨ ਸਭਾ ਸੈਸ਼ਨ ਦੇ ਵਿੱਚ ਕੈਪਟਨ ਸਾਹਿਬ ਨੇ ਐਲਾਨ ਕਰਤਾ ਸੀਗਾ ਕਿ ਜਦੋਂ ਕਰੋਨਾ ਮਹਾਂਮਾਰੀ ਖਤਮ ਹੋ ਗਈ ਉਦੋਂ ਅਸੀਂ ਮੋਬਾਈਲ ਮੰਗਾਵਾਂਗੇ। ਹੁਣ ਕਹਿੰਦਾ ਅਸੀਂ ਮੋਬਾਈਲ ਆ ਗਏ, ਹੁਣ ਅਸੀਂ ਕਹਿੰਦਾ ਚੈੱਕ ਕਰ ਰਹੇ ਹਾਂ। ਸੋ ਇਹ ਇੱਕ ਤਰ੍ਹਾਂ ਦਾ ਇਹ ਹੋ ਰਿਹਾ ਕਿ ਨੌਜਵਾਨ ਨੂੰ ਮੋਬਾਈਲ ਬੰਨਣੇ ਹੈ ਨਹੀਂ, ਉਸ ਲਈ ਜਿਹੜਾ ਬਹਾਨੇਬਾਜ਼ੀ ਘੜੀ ਜਾ ਰਹੀ ਹੈ। ਜੇਕਰ ਕੈਪਟਨ ਸਾਹਿਬ ਇਮਾਨਦਾਰ ਹੁੰਦੇ ਨੌਜਵਾਨਾਂ ਦੀ ਇਹ ਮੰਗ ਪੂਰੀ ਕਰਨ ਦੇ ਲਈ, ਤਾਂ ਉਹ ਕਿਸੇ ਹੋਰ ਕੰਪਨੀ ਦਾ ਬਣਾ ਕੇ ਦੇ ਸਕਦੇ ਸੀ। ਸੋ ਇੱਥੋਂ ਪਤਾ ਲੱਗਦਾ ਕੈਪਟਨ ਸਾਹਿਬ ਇਹ ਵਾਅਦੇ ਤੋਂ ਮੁੱਕਰ ਚੁੱਕੇ ਨੇ। ਇੱਕ ਅਕਾਲੀ ਦਲ ਵੱਲੋਂ 7 ਜੁਲਾਈ ਨੂੰ ਜਿਹੜਾ ਸਾਰੇ ਜ਼ਿਲ੍ਹਾ ਹੈੱਡਕੁਆਟਰ 'ਤੇ ਪ੍ਰਦਰਸ਼ਨ ਕੀਤਾ ਜਾਣਾ ਹੈ ਸੂਬਾ ਸਰਕਾਰ ਦੇ ਖਿਲਾਫ, ਜਿਹੜਾ ਪੈਟਰੋਲ ਡੀਜ਼ਲ ਦੇ ਉੱਤੇ ਸੈੱਸ ਜਿਹੜਾ ਸਟੇਟ ਦਾ ਲੱਗਦਾ ਉਸ ਨੂੰ ਘਟਾਉਣ ਦੀ ਮੰਗ ਨੂੰ ਲੈ ਕੇ ਉਹ ਪ੍ਰਦਰਸ਼ਨ ਕਰ ਰਹੇ। ਦੇਖੋ, ਜਿਹੜੇ ਤੇਲ ਦੀਆਂ ਕੀਮਤਾਂ ਵਧਾਉਣ ਵਾਲੇ ਫੈਸਲੇ ਨੇ ਕਿ ਉਸ ਫੈਸਲੇ ਲੈਣ ਦੇ ਵਿੱਚ ਕੌਣ ਬੈਠਾ ਗਾ? ਹਰਸਿਮਰਤ ਕੌਰ ਬਾਦਲ। ਉਸ ਫੈਸਲੇ ਲੈਣ ਵਾਲੀ ਕਮੇਟੀ 'ਚ ਕੌਣ ਬੈਠਾ ਗਾ? ਸੁਖਬੀਰ ਸਿੰਘ ਬਾਦਲ। ਹੁਣ ਮੈਂ ਸਮਝਦਾ ਮਗਰਮੱਛ ਦੇ ਹੰਝੂ ਬਹਾ ਰਹੇ ਨੇਗੇ। ਸੋ ਜਿਹੜੇ ਫੈਸਲੇ ਤੇਲ ਵਧਾਉਣ ਦੇ ਲਏ ਜਾ ਰਹੇ ਨੇ ਉਹਦੇ ਵਿੱਚ ਪਤੀ ਪਤਨੀ ਜਿਹੜੇ ਹੈਗੇ ਨੇ ਉਹ ਆਪ ਬੈਠੇ ਨੇਗੇ। ਸੋ ਹੁਣ ਇੱਥੇ ਪੰਜਾਬ 'ਚ ਆ ਕੇ ਡਰਾਮੇਬਾਜ਼ੀ ਕਰ ਰਹੇ ਨੇ, ਇਹ ਡਰਾਮੇਬਾਜ਼ੀ ਲੰਬੇ ਸਮੇਂ ਨਹੀਂ ਚੱਲਣੀ ਹੈਗੀ। ਆਮ ਆਦਮੀ ਪਾਰਟੀ ਦੇ ਬਿਲਕੁਲ ਇਹਤੇ ਪ੍ਰੋਟੈਸਟ ਜਿਹੜਾ ਹੈਗਾ ਅਸੀਂ ਕਰਨਾਗਾ, ਅਗਲੇ ਹਫ਼ਤੇ ਜਿਹੜਾ ਤੇ ਬਹੁਤ ਵੱਡਾ ਪ੍ਰੋਟੈਸਟ ਪੂਰੇ ਪੰਜਾਬ 'ਚ ਕਰਾਂਗੇ। ਇਹਦਾ ਆਖਰੀ ਸਵਾਲ, ਨਵਜੋਤ ਸਿੰਘ ਸਿੱਧੂ ਨੇ ਅੱਜ NRIs ਦੇ ਨਾਲ ਗੱਲਬਾਤ ਕੀਤੀ ਹੈ, ਹਾਲਾਂਕਿ ਪੰਜਾਬ ਦੇ ਕਾਂਗਰਸ ਨਾਲ ਤਾਂ ਕੋਈ ਵਾਸਤਾ ਨਹੀਂ ਹੈ, ਲੇਕਿਨ ਪੰਜਾਬ ਦੇ ਜਿਹੜੇ NRIs ਹੈਗੇ ਉਹਨਾਂ ਨਾਲ ਅੱਜ ਉਹਨਾਂ ਰੂਬਰੂ ਹੋਏ ਨੇ, ਕੀ ਮੰਨਦੇ ਹੋ ਤੁਸੀਂ ਉਹ ਕਾਂਗਰਸ ਦੇ ਵਿੱਚ ਹੈਗੇ ਹੈ ਜਾਂ ਸਿਰਫ ਦਿਖਾਵਾ ਕਰ ਰਹੇ ਕਿ ਉਹ ਕਾਂਗਰਸ ਦੇ ਵਿੱਚ?
देखो लंबा समा एक भ्रिष्टाचार की जमात जी बीजेपी अकाली दल च रहे हैं, उस बाद जो कांग्रेस पार्टी आ रहे हैं, अज वो गल कह रहे हैं कि अकाली दल ने जो भ्रिष्ट जमात से अज वो कह रहे हैं कि बीजेपी भ्रिष्ट जमात आ, अज वो कह रहे हैं कांग्रेस पार्टी भ्रिष्टाचार की जमात आ, फिर इन्होंने जमातों को छड़ के बाहर क्यों नहीं आती, इस जी भ्रिष्टाचार के तिने जमात ने उन्होंने क्यों खड़े ने गे। सो उन्होंने चाहिए इस गल से लोगों को दसन कि वो भ्रिष्टाचार की जमात चाहे वह कैप्टन साहब ने, चाहे वह सुखबीर सिंह बादल ने, चाहे वह जो है बीजेपी आदा अंग क्यों बने हुए हैं। ये अभी भी रास्ता साफ है उन्होंने अगर आम आदमी पार्टी जाते हो? देखो जोड़ा भी व्यक्ति पंजाब को बचाने वाला गा सो वह सारा असं बिल्कुल वेलकम आ। धन्यवाद जी। बिल्कुल ये हरपाल सिंह चीमा जेडे कि खेती बिलों को लैके अज इन्हों वालों प्रेस कॉन्फ्रेंस की गई है, तो साफ दसया गया है कि केंद्र ने जिस तरीके किसानों के नाल एक वड्डा कोजा मजाक किया है, तो उसी तरीके अकाली दल भी जेडे लोगों के ना सामने हंझू बहा रही है, जेडे मगरमच्छ के हंझू है, तो नाल जी सूबा सरकार है वो उत्ते भी आम आदमी पार्टी वालों निशाने साधे गए हैं। चंडीगढ़ तो कैमरामैन प्रवीण पांडे के नाल अंकुश महाजन, दैनिक सवेरा टीवी। दुख इस गल का नहीं सी कि मैंने छड़ के जा रही सी, दुख तो बस इस गल का सी कि इन्ने साल तो आप सी पर मैं कदे अपने दिल दियां गल्लां नहीं उहदे नाल साझियां कर सकिया। विदेश च पक्का होना, कारोबार दा ना चलना, सिर्फ 31 घंटिया विच समाधान, फ्री 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 मियां रफीक मोहम्मद, मोबाइल 84374 94647 84374 94648।